ਦਾਲ ਆਉ ਲਓ, ਫੋਨ ਵੀ ਆ ਗਿਆ ਹੋਮ ਮਿਨਿਸਟਰੀ। ਹਾਂਜੀ, ਉਹ ਖਾਣਾ ਖਾ ਰਹੇ ਚਾਚੇ ਦੇ? ਦਾਲ ਨਜ਼ਾਰਾ, ਮੈਂ ਕਿਹਾ ਮੂੰਹ ਨਹੀਂ ਲੈਂਦੀ, ਕਿਆ ਬਾਤ ਹੈ, ਸਬਜ਼ੀ ਬਹੁਤ ਟੇਸਟੀ ਹੈ, ਇਹਨਾਂ ਦਾ ਖਾਣਾ ਹੈ ਹੀ ਲਾਜਵਾਬ ਆ। ਹਾਂ ਹਾਂ, ਮੈਂ ਕਰਨ ਲੱਗਾ ਕਿ ਨਾ ਡੀਲਿੰਗ, ਆਓ ਚਲ ਠੀਕ ਆ, ਓਕੇ ਬਾਏ। ਚਾਚਾ ਜੀ, ਚਾਚਾ ਜੀ ਕੀ ਲਿਆ ਹੋਰ? ਆ ਦਾਲ, ਆ ਇਹ ਦਾਲ, ਇਹਦਾ ਕੜਾਈ ਪਨੀਰ ਲੱਗਣ ਡਿਆ। ਇਹ ਦਾਲ ਦੀ ਆਪਣੀ ਸਪੈਸ਼ਲਿਟੀ ਹੈ ਜੀ। ਅੱਛਾ ਅੱਛਾ, 20 ਸਾਲ ਹੋ ਗਏ ਦਾਲ ਬਣਦਾ, ਵੱਡੀ ਕਾਕਾ ਜੀ ਬਣਾਈ ਸੀ ਉਹ ਦੇ ਉਹ। ਕੀ ਵਾ ਚਾਚਾ ਜੀ, ਕੱਪੜਾ ਨਾ ਪ੍ਰੋਗਰਾਮ ਭੁਗਤਾ ਦਿਓ। ਕਿਹੜਾ, ਮੈਂ ਕਿਹੜਾ ਗਾਣੇ ਕਰਨਾ? ਨਹੀਂ ਬੇਟੇ, ਦਾ ਨਾ ਰਿੰਗ ਸੈਰਾਮਨੀ ਹੈ, ਉਹ ਨੋਟ ਕਰੋ, ਫੰਕਸ਼ਨ ਤੁਸੀਂ ਕਰਨਾ ਅਟੈਂਡ, ਕੈਟਰਿੰਗ ਤੁਸੀਂ ਕਰਨੀ, 100 ਬੰਦੇ ਕੈਟਰਿੰਗ 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 100 ਬੰਦੇ ਹੋਣੇ। ਅੱਜ ਤਰੀਕ ਕੀ? 27 ਨਵੰਬਰ। 27 ਵੇਲੀ ਵੇਲੀ ਵੇਲੀ, ਪਰ 4-5 ਬੰਦੇ ਰਖਾ ਗਏ ਆਪਣੇ ਪੈਨਸ਼ਨ ਨਾਲ। ਨੋ, ਪੱਕੇ ਗਾਹਕ ਸਾਡਾ ਰੋਡ ਪੱਕਾ ਕਰਨਾ। ਹਾਂ, ਤੇ ਫਿਰ ਦਗਰੋ ਸਾਇਆ ਬੜਾ ਭਾਰਾ ਜੀ, ਕੁਝ ਐਡਵਾਂਸ ਦੇ ਦਿਓ। ਇਹ ਗੱਲ ਤੁਹਾਡੀ ਨਾ, ਇਹਨਾਂ ਲਿਖ ਲਾ ਨਾ, ਪੱਕਾ ਲਿਖ ਲਾ। ਪੈਸੇ ਦੀ ਕਿਹੜੀ ਗੱਲ ਆ, ਪਹਿਲਾਂ ਵੀ ਦੇਣੇ, ਬਾਅਦ ਚ ਵੀ ਦੇਣੇ। ਫਿਰ 6 ਹੀ ਦਿਓ, 6000 ਬਾਅਦ ਚ ਲੈ ਲਿਓ। ਓ ਨਹੀਂ ਨਹੀਂ ਨਹੀਂ, ਬਾਅਦ ਨਹੀਂ, ਫਿਰ ਉਹ ਅੱਗੇ ਉਹ ਲੈਣਾ ਹੁੰਦਾ, ਪਨੀਰ ਲੈਣਾ, ਦੁੱਧ ਲੈਣਾ, ਮਸਾਲੇ ਲੈਣੇ। ਮਜ਼ਾਕ ਕਰਨ ਡਿਆ, ਮਜ਼ਾਕ ਕਰਨ ਡਿਆ। 6 6 ਲਓ, ਕਿੰਨੀ ਤਰੀਕ ਹੈ ਜੀ? 27 ਨਵੰਬਰ। 27 ਤਾਂ ਸਾਰਾ ਸਮਾਨ ਲਿਖਾ ਲਾਂਗਾ, ਠੀਕ ਹੈ? ਹਾਂ, ਸਾਰਾ ਸਮਾਨ ਲੈ ਜਾਂਦਾ ਆ। ਦਾਲ ਬਾਤੀ? ਉਹ ਸਭ ਕੁਝ ਪਾਤਾ। ਉਹ ਮਾਂ ਯਾਰ, ਪਿੱਛੇ ਬੜੇ ਕੋਟਕੂ ਜੀ ਵਿੱਚ। ਉਹ ਚਾਚਾ ਜੀ, ਮਾਂ ਤੁਹਾਨੂੰ ਕੁੜਕੇ ਲੱਗਣ ਡਏ ਆ, ਬੜੀਆਂ ਗੱਲਾਂ ਆਣੀਆਂ। 6000 ਰੁਪਏ ਤੁਹਾਡਾ ਪਹਿਲਾਂ ਪੈਂਡਿੰਗ ਆ। ਓਏ, ਛੋਟਾ ਮੂੰਹ ਵੱਡੀ ਗੱਲ ਨਹੀਂ ਕਰਨੀ, ਮੈਨੂੰ ਪਤਾ ਸੀ ਤੂੰ ਆ ਰਿਹਾ, ਉੱਪਰ ਜੇ ਕਰ ਲਾ ਗੱਲਾਂ ਜਗੀ ਤਾਂ ਨਹੀਂ ਪੈਣੇ। ਅੱਛਾ ਜੀ, ਠੀਕ ਹੈ, ਜਾ ਕੇ ਹਰਬੰਸ ਨੂੰ ਦਈ, ਰਸਤੇ ਚ ਖਰਚ ਨਾ ਜਾਈ ਸਾਰੇ ਪੈਸੇ। ਮੇਰੇ ਕੋਲ 6000 ਲੈ ਲਿਆ, ਜਿਹਦਾ 6000 ਦੇਣਾ ਉਹ ਸੋਚਦਾ ਹੀ ਨਹੀਂ। ਉਹ ਆ ਵੀ ਕਾਕਾ। ਉਹ ਹਾਂ ਜੀ ਅੰਕਲ ਜੀ, ਆ ਪਾਪਾ ਕਹਿੰਦੇ ਸੀ ਤੁਹਾਡਾ 6000 ਰੁਪਏ ਪੈਂਡਿੰਗ ਆ, ਉਹ ਮੈਂ ਕਿਹਾ ਫੜਾ ਜਵਾਂ। ਅੱਛਾ, ਡੈਡੀ ਨੇ ਭੇਜੇ ਆ? ਹਾਂ ਜੀ ਹਾਂ ਜੀ। ਚਲ ਲੈ, ਪਹਿਲਾ ਹਿਸਾਬ ਤਾਂ ਕਲੀਅਰ ਹੋ ਗਿਆ, 6000 ਆ ਗਿਆ। ਜੀ ਹਾਂ ਜੀ। ਅੱਗੋਂ ਕੋਈ ਸਮਾਨ ਫੋਨ? ਉਹ ਆਪ ਹੀ ਪਾਪਾ ਫੋਨ ਤੇ ਦੱਸ ਦੂਗੇ ਤੁਹਾਨੂੰ। ਅੱਛਾ, ਚਲ ਕੋਈ ਗੱਲ, ਠੀਕ ਹੈ, ਜਾ ਕਰੋ। ਹੈਲੋ ਹਰਬੰਸ, ਉਹ ਕਿਰਾਣੇ ਵਾਲਾ ਮੁੰਡਾ ਪੈਸੇ ਦੇ ਗਿਆ? ਹਾਂ ਜੀ ਹਾਂ ਜੀ, ਹੁਣੀ ਦੇ ਕੇ ਗਿਆ। ਅੱਛਾ, ਹਾਂ ਹੁਣ ਇੱਦਾਂ ਕਰੀ ਤੂੰ ਨਾ, ਨੂਰਲਾ ਸਾਹਿਬ ਦੇ ਪੈਸੇ ਦੇ, ਉਹ ਵੀ ਕਹਿੰਦਾ 6000 ਲੈਣਾ ਤੁਹਾਡੇ ਕੋਲੋਂ। ਅੱਛਾ ਜੀ, ਠੀਕ ਹੈ, ਖੜਾ ਹੋ। ਓਕੇ ਓਕੇ, ਹਾਂ ਹੋਰ ਕੋਈ ਚੀਜ਼ ਲੋੜ ਦੱਸ ਦਈਏ ਜੀ। ਹਾਂ ਨਹੀਂ, ਅਜੇ ਉੱਥੇ ਹੀ ਆ, ਆਹੋ ਬਸ ਬਸ ਖਾ ਲਈ ਨਿਕਲ। ਕੀ ਹੋਇਆ, ਕਿਹ ਨਹੀਂ ਦਿੱਤੀ ਸਾਈ? ਕਾਲੇ ਨੇ, ਕਾਲਾ ਉੱਤੋਂ ਸਾਲਾ, ਹਾਂ ਉਹਦਾ ਹੁਣ ਥੋੜ੍ਹਾ ਮੋੜ ਸਕਦੇ ਹਾਂ ਯਾਰ, ਪੰਗਾ ਨਾ ਪਾਇਆ ਕਰੋ ਐਵੇਂ, ਕਰਦਾ ਯਾਰ ਮੈਂ ਕੁਛ। ਸਾਲਾ ਨਾ ਹੋਵੇ ਤਾਂ, ਸਾਲਾ ਨਾ ਹੋਵੇ ਤਾਂ, ਸਾਲਾ ਨਾ ਹੋਵੇ ਤਾਂ, ਦੇਖੋ ਐਨੀ ਸੋਹਣੀ ਦਾਲ ਖਵਾਈ, ਇੰਨਾ ਵਧੀਆ ਭੜਦਾ ਹੋਇਆ, ਸਾਲਾ ਨਾ ਹੋਵੇ ਤਾਂ। ਜੇ ਤੁਹਾਨੂੰ ਇਹ ਕਹਿਣ ਡਿਆ ਪੰਗਾ ਹੋਰ ਪੈ ਗਿਆ, ਕੀ ਹੋਇਆ? ਉਹੀ ਕਹਿੰਦੇ ਹੁੰਦੇ ਆ ਵੀ ਸਾਰੀ ਖੁਦਾਈ ਇੱਕ ਤਰਫ, ਜੋਰੂ ਦਾ ਭਾਈ ਇੱਕ ਤਰਫ, ਉਹ ਮੇਰਾ ਸਾਲਾ ਕਾਲਾ, ਸਾਈ ਕਿਤੇ ਹੋਰ ਦੇ ਹੈ, ਤੁਹਾਨੂੰ ਪ੍ਰੋਗਰਾਮ ਕੈਂਸਲ ਕਰਨਾ ਪੈਣਾ, 6000 ਰੁਪਏ ਵਾਪਸ ਦੇਣੇ ਪੈਣੇ ਆ। 6000 ਫੇਲ ਹੈ ਜੀ, ਹੁਣ ਮੈਂ ਦੇਤੇ ਅੱਗੇ। ਉਹ ਨਹੀਂ ਚਾਚਾ ਜੀ, ਇਦਾਂ ਨਾ ਕਰੋ, ਹੁਣ ਤਾਂ ਦਿੱਤੇ ਮੈਂ ਪੈਸੇ ਤੁਹਾਨੂੰ, ਕਰੋ ਕੁਛ। ਫੇਲ ਹੈ ਜੀ ਉਹ? ਉਹ ਨਹੀਂ ਨਹੀਂ, ਇਦਾਂ ਨਹੀਂ ਮਾਰੇ, ਮੈਨੂੰ ਘਰ ਵਾਲੀ ਨੇ ਘਰ ਨਹੀਂ ਪੜਨ ਦੇਣਾ। ਇਹ ਨੂਲੇ ਕਿਥੇ, ਇੱਧਰ ਹੀ ਹੋਣਗੇ, ਮੈਨੂੰ ਨਹੀਂ ਪਤਾ। ਇਹ ਨੂਲਾ ਜੀ, ਹਾਂਜੀ ਹਾਂਜੀ, ਕੀ ਹਾਲ ਹੈ? ਠੀਕ ਹੈ ਜੀ, ਤੁਸੀਂ ਸੁਣਾਓ। ਆਹ ਫੜੋ ਆਪਣਾ 6000 ਰੁਪਇਆ। ਬਹੁਤ ਦੇਰ ਹੋ ਗਈ ਯਾਰ, ਬੜੀ ਦੇਰ ਬਾਅਦ ਵਾਪਸ ਕੀਤੇ ਹੈ, ਮਿਲ ਗਿਆ। ਕੀ ਗੱਲ, ਠੀਕ ਹੋ ਜਾਣਾ 6000 ਰੁਪਏ ਪਿੱਛੇ ਯਾਰ, ਮੈਨੂੰ ਚਾਹੀਦੇ ਪੈਸੇ ਅੱਜ। ਹੋਰ 10-15 ਦਿਨ ਠਹਿਰ ਜਾਓ, 6 ਮਹੀਨੇ ਹੋ ਗਏ ਪੈਸੇ ਨਹੀਂ ਦਿੱਤੇ। ਚੱਲ ਆਉਣਾ ਪਿਆ ਯਾਰ, ਐਵੇਂ ਰੋਲਾ ਨਾ ਪਾ। ਹਾਂ ਫਟਾਫਟ ਲੈ ਗਿਆ, ਖਾਓ ਖਾਓ ਭਾਜੀ। ਹੋਰ ਕੀ ਆਵੇ ਤੁਹਾਡੇ ਵਾਸਤੇ? ਨਹੀਂ ਨਹੀਂ ਬਸ ਜੀ, ਬਹੁਤ ਸਵਾਦ ਬਣੇ ਰੋਟੀ। ਠੀਕ ਹੈ ਨਾ, ਵਧੀਆ, ਚਲੋ ਮੈਂ ਆ ਯਾਰ।
6 ਬੰਦਿਆਂ ਦਾ ਉਧਾਰ ਉਤਰ ਗਿਆ।